पंजाब दे विच जी सब तो वध गाला लोग जां तां विचोलियां नूं कढ़दे आ ते जां फिर बिजली वालियां नूं कढ़दे आ। माड़ी जी घरे लाइट हिल जाए, माड़ा जिहा घरे पखा बंद हो जाए, जां कोई तार मच जाए, बुढ़ियां अपनियां उहदी नाल दी नाल कहिण लग जांदियां ने आ बहि गिया बेड़ा बिजली वालियां दा बहि गिया बेड़ा। ते पर अज मैं जिहड़े बिजली वालियां दे कोले आया होया, इहनां दीआं तुसीं सिफतां ही करोगे, गालां कोई नहीं कढूगा, क्योंकि इहनां दे वर्गा रेट ते इहनां दे वर्गी समान की क्वालिटी तुहानूं कितों नहीं मिलनी हैगी। तो जेकर तुसी कोई नवा घर बनाउण लगे हो, नवीं कोई कोठी पाउण लगे हो, उहदे विच जिन्ना भी बिजली का फिटिंग का समान होगा वह तुहानूं सारा इन्हां दे कोलों मिल जूगा। की इन्हां दे कोले समान आ, किहड़े किहड़े समान दीआं कंपनियां ने, किन्नी क क्वालिटी आ, तो आम बाजार दे नालों इन्हां दे रेट दे विच की फर्क ने, उहदे बारे गल्लबात करांगे। जे तुसी अपना नवा घर बना रहे हो, कोठी बना रहे हो, तो बिजली दे समान दे फिटिंग की तुहानूं लोड़ आगी, तो जां फिर हुण मूहरे गर्मियां दा मौसम आ रहा, पशुआं दे उपर वी पक्षियां दी लोड़ आ, तो बंदियां दे उपर वी पक्षियां दी लोड़ आ, तो तुसी इह वीडियो दे विच साडे नाल बने रहो, तुहाडे लई इह वीडियो बड़ी ज़्यादा इनफॉर्मेटिव होने वाली है। आओ जी शुरू करदे हां। ਸ਼ਿਕਾਲ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ ਜੀ। ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸ਼ਰੋਤਿਆਂ ਦਾ ਤੇ ਆਪਣੇ ਸਾਰੇ ਵਿਊਅਰਸ ਦਾ, ਤੁਹਾਡੇ ਆਪਣੇ ਸਾਰੇ ਕਸਟਮਰਸ ਦਾ, ਆਪਣੇ ਸਪਲਾਇਰਸ ਦਾ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਦਾ ਪਹਿਲਾਂ ਤਾਂ ਦਿਲੋਂ ਧੰਨਵਾਦ ਕਰਦਾ। ਤੇ ਬਾਕੀ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਆ ਜੋ ਤੁਸੀਂ। ਇਹ ਸਭ ਤੋਂ ਪਹਿਲਾਂ ਮੈਂ ਦੱਸਦਿਆਂ ਵੀ ਜਿਹੜੀ ਇਹਨਾਂ ਦਾ ਜਿਹੜਾ ਕੰਮ ਹੈ, ਇਹਨਾਂ ਦੀ ਦੁਕਾਨ ਆ, ਇਹ ਬਰਨਾਲੇ ਸ਼ਹਿਰ ਦੇ ਵਿੱਚ ਆ। ਜੌੜੇ ਪੰਪ ਜਿਹੜੇ ਹੈਗੇ ਬਰਨਾਲੇ ਦੇ ਬਹੁਤ ਜ਼ਿਆਦਾ ਮਸ਼ਹੂਰ ਆ, ਉਹਦੇ ਬਿਲਕੁਲ ਓਪੋਜਿਟ ਤੁਹਾਨੂੰ ਇਹਨਾਂ ਦੀ ਜਿਹੜੀ ਹੈਗੀ ਆ ਦੁਕਾਨ ਮਿਲੂਗੀ, ਦਿੱਲੀ ਇਲੈਕਟ੍ਰੋਨਿਕਸ ਦੇ ਨਾਮ ਤੋਂ ਆ। ਅਤੇ ਇੱਥੇ ਪਹੁੰਚੋ, ਤੁਸੀਂ ਵਿਜਿਟ ਵੀ ਕਰਿਓ, ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਕਰ ਦਿਓ, ਕਿਉਂਕਿ ਜਿੰਨਾ ਟਾਈਮ ਬੰਦਾ ਕੋਈ ਚੀਜ਼ ਨਹੀਂ ਦੇਖਦਾ, ਸਮਾਨ ਨਹੀਂ ਦੇਖਦਾ, ਉਨਾ ਟਾਈਮ ਬੰਦੇ ਦਾ ਚਿੱਤ ਨਹੀਂ ਕਰਦਾ ਵਿਜਿਟ ਕਰਨ ਨੂੰ। ਅਤੇ ਹਾਂਜੀ ਬਾਈ, ਸ਼ੁਰੂ ਕਰੀਏ ਜੀ। ਜਿਸ ਤਰ੍ਹਾਂ ਵੀਰ ਜੀ ਤੁਸੀਂ ਦੱਸਿਆ ਵੀ ਆਪਣੀ ਜਿਹੜੀ ਦੁਕਾਨ ਹੈ ਜੋੜੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ, ਅੰਡਰ ਬ੍ਰਿਜ ਦੇ ਨਾਲ ਹੈ ਆਪਣੀ ਦੁਕਾਨ। 50 ਸਾਲ ਪੁਰਾਣੀ ਦੁਕਾਨ ਹੈ, ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਜੀ। ਅਤੇ ਆਪਣੀ ਕੋਈ ਵੀ ਕਿਤੇ ਹੋਰ ਬ੍ਰਾਂਚ ਨਹੀਂ ਹੈ ਸਰ, ਇਹੀ ਸ਼ੋਪ ਹੈ, ਹੋਰ ਕਿਸੇ ਸ਼ਹਿਰ ਦੇ ਵਿੱਚ ਵੀ ਨਹੀਂ ਹੈ। ਕਿਉਂਕਿ ਨੋਰਮਲੀ ਕਸਟਮਰ ਸਾਨੂੰ ਆ ਕੇ ਕਹਿੰਦੇ ਨੇ ਜੀ ਵੀ ਅਸੀਂ ਤੁਹਾਡੇ ਉੱਥੇ ਦੁਕਾਨ 'ਤੇ ਗਏ ਜੀ, ਉੱਥੇ ਸਾਡੀ ਇੱਕੋ ਹੀ ਬ੍ਰਾਂਚ ਹੈ ਜੀ। ਇਸ ਦੇ ਮੈਂ ਸਟਾਰਟ ਤੁਹਾਡੀ ਵੀਡੀਓ ਇੱਥੋਂ ਹੀ ਕਰਨਾ ਚਾਹੁੰਦਾ। ਅਤੇ ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪ੍ਰੋਡਕਟਸ ਬਾਰੇ, ਤਾਂ ਸਰ ਆਪਣੇ ਕੋਲ ਹਰ ਰੇਂਜ ਦੇ ਵਿੱਚ ਪ੍ਰੋਡਕਟ ਹੈ ਜੀ ਜੀ। ਜਿਸ ਤਰ੍ਹਾਂ ਦੇ ਵੀ ਕਸਟਮਰ ਤੁਹਾਡੇ ਤੋਂ ਕੁਆਲਿਟੀ ਚਾਹੁੰਦਾ, ਜੇ ਕਸਟਮਰ, ਮੈਂ ਤੁਹਾਡੇ ਚੈਨਲ ਦੇ ਰਾਹੀਂ ਇੰਸ਼ੋਰੈਂਸ ਦਊਂਗਾ, ਕਸਟਮਰ ਜਿੰਨੇ ਰੁਪਏ ਉਹਦੇ ਖਰਚ ਕੇ ਜਾਊਗਾ ਉਹ ਉਨੇ ਵਾਲਾ ਸਮਾਨ ਲੈ ਕੇ ਜਾਊ ਮੇਰੇ ਕੋਲ। ਜਿਸ ਤਰ੍ਹਾਂ ਆਪਾਂ ਸਵਿੱਚ ਦੀ ਗੱਲ ਕਰੀਏ ਸਰ, ਜਿਹੜੇ ਲਿਓ ਕੈਮਰਾ, ਜਿਸ ਤਰ੍ਹਾਂ ਆਪਾਂ ਸਵਿੱਚ ਦੀ ਗੱਲ ਕਰੀਏ ਸਰ, ਤਾਂ ਮੇਰੇ ਕੋਲ ਹਰ ਰੇਂਜ ਦੇ ਵਿੱਚ ਸਵਿੱਚ ਅਵੇਲੇਬਲ ਨੇ। ਜਿਸ ਤਰ੍ਹਾਂ ਇਕਨੋਮੀ ਮਾਡਲ ਆ, ਸਸਤਾ ਮਾਡਲ ਆ ਗਿਆ ਜੀ, ਉਸ ਤੋਂ ਪ੍ਰੀਮੀਅਮ ਆ ਗਿਆ, ਉਸ ਤੋਂ ਪ੍ਰੀਮੀਅਮ ਆ ਗਿਆ, ਸੁਪਰ ਪ੍ਰੀਮੀਅਮ ਤੱਕ ਹਰ ਤਰ੍ਹਾਂ ਦੇ ਪ੍ਰੋਡਕਟ। ਜਿਸ ਤਰ੍ਹਾਂ ਇੱਥੋਂ ਸਟਾਰਟਿੰਗ ਕਿੱਥੋਂ ਹੋ ਜਾਂਦੀ ਰੇਟ ਦੀ? ਜਿਸ ਤਰ੍ਹਾਂ ਸਟਾਰਟਿੰਗ ਸਰ, ਇਹ ਆਪਣੀ ਇੱਥੋਂ ਸਟਾਰਟ ਹੋ ਜਾਂਦੀ ਹੈ, 9 ਰੁਪਏ ਦੀ ਸਵਿੱਚ ਹੈ ਸਰ। ਠੀਕ ਹੈ ਜੀ। ਨਾਰਮਲੀ ਇਹ ਮਾਰਕੀਟ ਦੇ ਵਿੱਚ 15 ਰੁਪਏ ਤੱਕ ਸਵਿੱਚ ਵਿਕੀ ਜਾ ਰਹੇ ਆ, 40 ਰੁਪਏ ਦਾ ਸਾਕਟ ਵਿਕਦਾ ਸੀ, 9 ਰੁਪਏ ਦਾ ਸਵਿੱਚ, 18 ਰੁਪਏ ਦਾ ਪਲੱਗ। ਜੋ ਵੀ ਕਸਟਮਰ ਸ਼ੇਅਰ ਕਰਕੇ ਵੀਡੀਓ ਆਊਗਾ ਤੁਹਾਡੇ ਚੈਨਲ ਦਾ ਕੇ ਰੈਫਰੈਂਸ ਦੋ, ਤਾਂ ਉਸਨੂੰ ਇਸ ਰੇਟਾਂ ਤੇ ਮਾਲ ਦਿੱਤਾ ਜਾਊਗਾ ਸਰ। ਮੰਨ ਲਓ ਹੁਣ ਆਪਾਂ 9 ਰੁਪਏ ਵਾਲੀ ਸਵਿੱਚ ਲਾਉਣੀ ਆ, ਇਹ ਤਾਂ ਨਹੀਂ ਹੈਗਾ ਵੀ ਘੱਟ ਰੇਟ ਦੀ ਆ ਤਾਂ ਬਹੁਤ ਜ਼ਿਆਦਾ ਹੀ ਘੱਟ ਦੀ ਹੋ ਕੁਆਲਿਟੀ ਦੀ? ਨਹੀਂ ਸਰ, ਇਸ ਤਰ੍ਹਾਂ ਨਹੀਂ ਹੈ, ਇਹ ਰੇਟ ਹੀ ਆਪਾਂ ਹੋਲਸੇਲ ਦੇ ਰਹੇ ਹਾਂ ਸਰ। ਜੋ ਰੇਟ ਦੁਕਾਨਦਾਰ ਨੂੰ ਦੇ ਰਹੇ ਹਾਂ ਆਪਾਂ, ਉਹ ਹੀ ਰੇਟ ਕਸਟਮਰ ਨੂੰ ਦੇ ਰਹੇ ਹਾਂ, ਇਸ ਵਜ੍ਹਾ ਨਾਲ ਰੇਟ ਘੱਟ ਨੇ। ਜੇ ਕੁਛ ਅਸੀਂ ਆਪਣਾ ਜਿਸ ਤਰ੍ਹਾਂ ਜੇ 50 ਸਾਲ ਹੋ ਗਏ ਸਰ ਇਸ ਖੁਸ਼ੀ ਦੇ ਵਿੱਚ, ਤੇ ਹਰ ਚੀਜ਼ ਦੇ ਰਾਹੀਂ ਅਸੀਂ ਆਪਣੇ ਮਾਰਜਨਾਂ ਨੂੰ ਬਹੁਤ ਨੋਮੀਨਲ ਮਾਰਜਨਾਂ ਤੇ ਲੈ ਕੇ ਸਰ ਚਲੇ ਗਏ ਆ, ਤੇ ਉਹੀ ਕੁਆਂਟੀਟੀ ਦੇ ਬੇਸਡ ਕੰਮ ਕਰ ਲਿਆ ਜੀ। ਜ਼ਿਆਦਾ ਕੁਆਂਟੀਟੀ ਘੱਟ ਮਾਰਜਨ, ਉਹ ਚੀਜ਼ ਹੈ ਸਰ ਜੀ। ਚਲੋ ਅੱਗੇ ਚੱਲਦੇ ਆ ਜੀ। ਅੱਗੇ ਆਪਣੇ ਕੋਲ ਸਰ ਜਿਸ ਤਰ੍ਹਾਂ ਆ ਰਾਈਟੈਕ ਕੰਪਨੀ ਦੇ ਸਵਿੱਚ ਹੈਗੇ, ਗ੍ਰੇ ਕਲਰ ਦਾ ਅੱਜ ਕੱਲ੍ਹ ਬੜਾ ਟ੍ਰੈਂਡ ਹੈ ਜੀ, ਆਰਕੀਟੈਕਟ ਇਹਨੂੰ ਬੜਾ ਰਿਕਮੈਂਡ ਕਰਦੇ ਆ ਜੀ, ਤੇ ਨੋਰਮਲੀ ਇਹ ਲੱਗਿਆ ਬੜਾ ਸੋਹਣਾ ਲੱਗਦਾ, ਮੈਲਾ ਵੀ ਨਹੀਂ ਹੁੰਦਾ। ਇਹਦੇ ਵੀ ਰੇਟ ਰੀਜ਼ਨੇਬਲ ਹੈ ਸਰ, ਜਿਸ ਤਰ੍ਹਾਂ 20 ਰੁਪਏ ਦੀ ਸਵਿੱਚ, 40 ਰੁਪਏ ਦਾ ਪਲੱਗ ਜੀ ਜੀ। ਤੇ ਇੱਕ ਮੈਂ ਨਾਲ ਨਾਲ ਐਡ ਕਰਦੇ ਆ, ਜਿਹੜੀ ਆਪਣੇ ਸ਼ੇਅਰ ਕਰਨਗੇ ਵੀਡੀਓ ਨੂੰ ਜਿਹੜੇ ਬੰਦੇ, ਉਹਨਾਂ ਦੇ ਲਈ ਵੀ ਆਫਰ ਹੈ, ਇੱਕ ਕੀ ਆਫਰ ਹੈ ਜੀ ਸ਼ੇਅਰ ਕਰਨ ਵਾਲਿਆਂ ਦੇ ਲਈ? ਸਰ ਜੋ ਵੀ ਕਸਟਮਰ ਵੱਧੋ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੂਗਾ ਸਰ, ਜਿਨ੍ਹਾਂ ਦਾ ਤੁਸੀਂ ਸਾਨੂੰ ਨਾਮ ਦਓਗੇ, ਆਪਾਂ ਇੱਕ ਕਸਟਮਰ ਨੂੰ ਨਹੀਂ ਜੀ, ਦੋ ਨੂੰ ਨਹੀਂ, ਤਿੰਨ ਨੂੰ ਆਪਾਂ ਇਸ ਤਰ੍ਹਾਂ ਦੇ ਬਲੂਟੁੱਥ ਵਾਲੇ ਈਅਰਫੋਨ ਸਰ ਆਪਾਂ ਦਵਾਂਗੇ ਜੀ ਜੀ, ਜਿਨ੍ਹਾਂ ਦਾ ਤੁਸੀਂ ਨਾਮ ਦਓਗੇ ਸਰ ਸਾਨੂੰ। ਠੀਕ ਹੈ ਜੀ। ਹਾਂਜੀ ਸਰ, ਸ਼ੇਅਰ ਕਰ ਦਿਓ ਵੀਡੀਓ ਨੂੰ, ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ, ਅਤੇ ਤਾਂ ਕਿ ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਬਲੂਟੁੱਥ ਵਾਲੇ ਹੈੱਡਫੋਨ ਜਿਹੜੇ ਹੈਗੇ ਪਹੁੰਚਦੇ ਕਰ ਦਈਏ। ਬਿਲਕੁਲ ਸਰ, ਬਿਲਕੁਲ। ਬਾਕੀ ਆਪਣੇ ਕੋਲ ਸਰ ਸਾਰੇ ਹੀ ਬ੍ਰਾਂਡ ਅਵੇਲੇਬਲ ਨੇ ਜੀ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜੀ, ਆਪਣੇ ਕੋਲ ਹੈਵਲ ਦੇ ਸਵਿਚਿਸ ਵੀ ਅਵੇਲੇਬਲ ਨੇ ਜੀ ਜੀ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜੀ, ਆਪਣੇ ਕੋਲ ਫਾਈਬਰੋ ਸਵਿਚਿਸ ਵੀ ਅਵੇਲੇਬਲ ਹੈ ਜੀ, ਇਹ ਵੀ ਬੜਾ ਫੇਮਸ ਬ੍ਰਾਂਡ ਹੈ ਜੀ। ਅਤੇ ਆਪਾਂ ਗੱਲ ਕਰੀਏ ਜੀ, ਆਪਣੇ ਕੋਲ ਬਹੁਤ ਗੋਲਡ ਮੈਡਲ ਬ੍ਰਾਂਡ ਆਉਂਦਾ ਹੈ ਜੀ ਸਵਿਚਿਸ ਦੇ ਵਿੱਚ, ਜੇ ਗੱਲ ਕਰੀਏ ਫਾਈਨ ਸਵਿਚਿਸ ਆਉਂਦੇ ਨੇ ਸਰ, ਬਹੁਤ ਪੁਰਾਣਾ ਬ੍ਰਾਂਡ ਹੈ ਜੀ ਫਾਈਨ, ਇਹਨਾਂ ਦੇ ਸਾਰੇ ਮਾਡਲ ਅਵੇਲੇਬਲ ਨੇ ਜੀ। ਇੱਕ ਬੰਬੇ ਦਾ ਪ੍ਰੋਡਕਟ ਆਉਂਦਾ ਜੀ ਸਾਡੇ ਕੋਲ ਟੋਕੀਓ ਦੇ ਨਾਮ 'ਤੇ, ਇਸ ਦਾ ਪ੍ਰੋਡਕਟ ਅਵੇਲੇਬਲ ਹੈ ਜੀ। ਰਾਈਟੈਕ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਗ੍ਰੇ ਅਤੇ ਵਾਈਟ, ਇਹ ਸਾਰੇ ਕਲਰ ਅਵੇਲੇਬਲ ਹੈ ਜੀ। ਅੱਜ ਕੱਲ੍ਹ ਸਰ ਸਭ ਤੋਂ ਜ਼ਿਆਦਾ ਟ੍ਰੈਂਡ ਜਿਹੜਾ ਚੱਲਿਆ ਹੋਇਆ ਉਹ ਹੈਵੀ ਮਟੀਰੀਅਲ ਦਾ ਬਹੁਤ ਚੱਲਿਆ ਹੋਇਆ ਜੀ। ਹਾਂਜੀ ਹਾਂ। ਹੈਵੀ ਦੇ ਵਿੱਚ ਜੇ ਗੱਲ ਕਰੀਏ ਤਾਂ ਆਪਣੇ ਕੋਲ ਸਭ ਤੋਂ ਹੈਵੀ ਦੇ ਵਿੱਚ ਐਲਮੈਕ ਕੰਪਨੀ ਦਾ ਪ੍ਰੋਡਕਟ ਆਉਂਦਾ ਸਰ। ਸਰ ਆ ਇਹਨਾਂ ਦੇ ਸੈਂਪਲਸ ਲੱਗੇ ਹੋਏ ਨੇ ਸਿੰਸ 1961 ਐਲਮੈਕਸ ਵਿੱਚ,
ਇਹਦੇ ਵਿੱਚ ਜਿਸ ਤਰ੍ਹਾਂ ਬਲੈਕ ਕਲਰ ਦਾ ਬੜਾ ਟ੍ਰੈਂਡਿੰਗ ਕਲਰ ਹੈ ਜੀ, ਵਾਈਟ ਕਲਰ ਬੜਾ ਟ੍ਰੈਂਡਿੰਗ ਹੈ, ਫਾਈਵ ਪਾਰਟਸ ਦੇ ਵਿੱਚ ਹੈਵੀ ਮਟੀਰੀਅਲ ਦੇ ਵਿੱਚ ਬਣਿਆ ਹੋਇਆ ਪ੍ਰੋਡਕਟ ਹੈ ਸਰ। ਇਹ ਮਟੀਰੀਅਲ ਦੱਸ ਵੀ ਰਿਹਾ ਦੇਖਣ ਨੂੰ ਵੀ ਸੋਲਿਡ ਮਟੀਰੀਅਲ ਸਰ, ਬੜਾ ਸੋਲਿਡ ਮਟੀਰੀਅਲ ਲੱਗ ਰਿਹਾ ਮਟੀਰੀਅਲ। ਇਸ ਦੇ ਦੋ ਮਾਡਲ ਆਉਂਦੇ ਆ ਸਰ, ਇੱਕ ਤਾਂ ਇਹ ਮਾਡਲ ਆਉਂਦਾ ਹੈ, ਇੱਕ ਇਹਨਾਂ ਦਾ ਇੱਕ ਹੋਰ ਬੜਾ ਸੁੰਦਰ ਮਾਡਲ ਆਉਂਦਾ ਹੈ ਜੀ। ਇਹ ਪੀ ਬੀ ਟੀ ਮਟੀਰੀਅਲ ਦੇ ਵਿੱਚ ਬਣਿਆ ਹੋਇਆ, ਬੜਾ ਹੈਵੀ ਮਟੀਰੀਅਲ ਹੈ ਸਰ। ਇਹ ਵੀ ਆਪਣੇ ਕੋਲ ਜਿਸਦਾ ਆ ਗਿਆ ਸਰ, ਇਹ ਸਾਰੀ ਰੇਂਜ ਵੀ ਅਵੇਲੇਬਲ ਹੈ ਸਰ ਜੀ। ਜੇ ਕੋਈ ਕਸਟਮਰ ਪ੍ਰੀਮੀਅਮ ਮਾਲ ਲਾਣਾ ਚਾਹੁੰਦਾ ਤਾਂ ਉਹ ਉਸਦੇ ਲਈ ਸਭ ਤੋਂ ਬੈਸਟ ਆਪਸ਼ਨ ਇਸ ਸਟੇਟ ਦੇ ਇਸ ਟਾਈਮ ਦੇ ਵਿੱਚ ਐਲਮੈਕ ਚੱਲ ਰਿਹਾ ਸਰ, ਬਹੁਤ ਪੁਰਾਣਾ ਅਤੇ ਬਹੁਤ ਪ੍ਰੀਮੀਅਮ ਬ੍ਰਾਂਡ ਆ ਸਰ। ਜੇ ਤੁਸੀਂ ਵੀ ਕੋਈ ਕੋਠੀ ਬਣਾਉਣ ਲੱਗੇ ਹੋ ਜਾਂ ਘਰ ਬਣਾਉਣ ਲੱਗੇ ਹੋ ਤਾਂ ਇੱਥੇ ਗੇੜਾ ਜ਼ਰੂਰ ਮਾਰਿਓ ਬਰਨਾਲੇ ਜੋੜੇ ਪਾਪਾਂ ਦੇ ਬਿਲਕੁਲ ਓਪੋਜਿਟ ਜਿਹੜਾ ਹੈਗਾ ਦਿੱਲੀ ਇਲੈਕਟ੍ਰੋਨਿਕਸ ਦੇ ਕੋਲ ਪਹੁੰਚਿਓ ਤੁਸੀਂ। ਅਤੇ ਬਾਕੀ ਅੱਗੇ ਵੀ ਅੱਗੇ ਗੱਲਬਾਤ ਜਾਰੀ ਰੱਖਦੇ ਹਾਂ, ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਜਿਹੜੇ ਹੈਗੇ ਆ ਸਾਡੇ ਵੀਰ ਜਿਹੜੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਰੱਖਦੇ ਨੇ ਉਹਨਾਂ ਦਾ ਫਾਇਦਾ ਹੋ ਸਕੇ ਕੋਈ ਨਾ ਕੋਈ। ਬਿਲਕੁਲ ਬਿਲਕੁਲ ਸਰ ਬਿਲਕੁਲ। ਵਾਇਰਿੰਗ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਕੀ ਪ੍ਰੋਡਕਟ ਆ ਜਾਂਦਾ ਜੀ? ਵਾਇਰਿੰਗ ਦੇ ਵਿੱਚ ਸਰ ਆਪਣੇ ਕੋਲ ਜਿਸ ਤਰ੍ਹਾਂ ਹਰ ਤਰ੍ਹਾਂ ਦੀ ਰੇਂਜ ਅਵੇਲੇਬਲ ਹੈ ਸਰ, ਜਿਸ ਤਰ੍ਹਾਂ ਕਸਟਮਰ ਦਾ ਬਜਟ ਹੈ, ਇਸ ਤਰ੍ਹਾਂ ਨਹੀਂ ਕਿ ਇਕੱਲਾ ਆਪਾਂ ਹੈਵੀ ਮਟੀਰੀਅਲ ਰੱਖਿਆ ਹੋਇਆ ਜਾਂ ਇਸ ਤਰ੍ਹਾਂ ਹੀ ਨਹੀਂ ਇਕੱਲਾ, ਹਰ ਕਸਟਮਰ ਜੋ ਹੈ ਜਿਸਦੀ ਮੰਨ ਲਓ ਜਿਸਦੇ ਜਿਸ ਹਿਸਾਬ ਨਾਲ ਪੋਕਿਟ ਹੈ ਸਰ, ਉਸ ਹਿਸਾਬ ਨਾਲ ਆਪਣੇ ਕੋਲ ਸਾਰੇ ਬ੍ਰਾਂਡ ਹੈ। ਜਿਵੇਂ ਨੋਰਮਲ ਦੇ ਵਿੱਚ ਸਾਡੇ ਕੋਲ ਰੇਅਰ ਬਹੁਤ ਪੁਰਾਣਾ ਮਤਲਬ ਅਸੀਂ ਕਰ ਰਹੇ ਹਾਂ, ਸਿਰਫ ਜਿਸ ਤਰ੍ਹਾਂ ਇਹਦੀ ਗੱਲ ਕਰੀਏ ਰੇਟ ਦੀ ਤਾਂ ਬੜੇ ਪੜਤੇ 'ਚ ਰੇਟ ਹੈ ਸਰ। ਮੈਂ ਓਪਨ ਵੀਡੀਓ ਦੇ ਵਿੱਚ ਰੇਟ ਦਿੰਦਾ ਹੁੰਦਾ ਇਹਦਾ, 1 mm ਦਾ 650 ਰੁਪਏ, 1.5 mm ਦਾ 950, ਤਾਂ ਕਿ ਲੋਕਾਂ ਤੱਕ ਇੱਕ ਅਵੇਅਰਨੈਸ ਪਹੁੰਚ ਸਕੇ ਕਿ ਕਸਟਮਰ ਇਸ ਰੇਟ ਦੇ ਵਿੱਚ ਮਾਲ ਲਿਜਾ ਸਕਦੇ ਨੇ। ਇਸ ਤੋਂ ਹੈਵੀ ਗੱਲ ਕਰੀਏ ਤਾਂ ਬੜੀ ਅੱਛੀ ਕੁਆਲਿਟੀ ਆਉਂਦੀ ਹੈ ਲਾਈਫ ਗਾਰਡ ਟੋਕੀਓ ਦੇ ਨਾਮ 'ਤੇ ਸਰ, ਇਹਨਾਂ ਦੀ ਬੜੀ ਅੱਛੇ ਪ੍ਰੋਡਕਟ ਆਉਂਦਾ ਸਰ। ਇਹਦੀ ਆਪਣੇ ਕੋਲ ਵਾਇਰਿੰਗ ਦੀ ਟੋਟਲ ਰੇਂਜ, ਟੋਟਲ ਕਲਰ ਅਵੇਲੇਬਲ ਹੈ। ਉਸ ਤੋਂ ਇਲਾਵਾ ਆਪਣੇ ਕੋਲ ਸਰ ਰੀਅਲ ਟ੍ਰਿਪਲ ਲੇਅਰ ਦੇ ਵਿੱਚ ਵਾਇਰ ਆਉਂਦੀ ਹੈ, ਬੜੀ ਫੇਮਸ ਵਾਇਰ ਹੈ ਸਰ, ਬਹੁਤ ਅੱਛੀ ਕੁਆਲਿਟੀ ਹੈ ਸਰ, ਟ੍ਰਿਪਲ ਲੇਅਰ PVC ਹੈ, ਬਹੁਤ ਅੱਛੀ ਕੁਆਲਿਟੀ ਹੈ। ਇਹ ਆਪਣੇ ਕੋਲ ਪ੍ਰੀਮੀਅਮ ਰੇਂਜ ਦੇ ਵਿੱਚ ਆ ਗਈ ਸਰ। ਗੱਲ ਕਰੀਏ ਆਰ ਆਰ ਕੇਬਲ ਦੇ, ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਸਰ ਜੀ। ਗੱਲ ਕਰੀਏ ਆਪਾਂ ਵਾਇਰ ਦੇ ਵਿੱਚ, ਫਾਈਨ ਵਾਇਰ ਦੀ ਆਪਣੇ ਕੋਲ ਸਾਰੀ ਰੇਂਜ ਅਵੇਲੇਬਲ ਹੁੰਦੀ ਹੈ ਸਰ। ਗੱਲ ਕਰੀਏ ਵਾਇਰ ਦੇ ਵਿੱਚ, ਹੈਵਲ ਵਾਇਰ ਦੀ ਸਾਰੀ ਰੇਂਜ ਅਵੇਲੇਬਲ ਹੁੰਦੀ ਹੈ ਸਰ, 90 ਮੀਟਰ ਪੈਕਿੰਗ ਦੇ ਵਿੱਚ। ਗੱਲ ਕਰੀਏ ਸਰ ਵਾਇਰ ਦੇ ਵਿੱਚ, ਤਾਂ ਸਭ ਤੋਂ ਪ੍ਰੀਮੀਅਮ ਜੋ ਇਸ ਟਾਈਮ ਚੱਲ ਰਿਹਾ ਰਾਈਟੈਕ ਬ੍ਰਾਂਡ ਚੱਲ ਰਿਹਾ ਸਰ, ਇਹਦੀ ਇੰਡਸਟਰੀਅਲ PVC ਹੈ, ਇਹਦੀ ਕੁਆਲਿਟੀ ਬਹੁਤ ਪ੍ਰੀਮੀਅਮ ਹੈ, ਇਹਦਾ ਕਾਪਰ ਦੀ ਗੇਜ ਹੈ ਜੋ ਮੋਟਾਈ ਹੈ ਬਹੁਤ ਹੈਵੀ ਹੈ, ਮਤਲਬ ਜੋ ਸ਼ੌਕਿੰਗ ਜਾਂ ਮਤਲਬ ਜੋ ਹੁੰਦਾ ਕਿ ਕੁਆਲਿਟੀ ਕੌਨਸ਼ੀਅਸ ਕਸਟਮਰ ਹੈ ਉਹ ਸਾਰੇ ਰਾਈਟੈਕ ਵਾਇਰ ਯੂਜ਼ ਕਰ ਰਹੇ ਹੈ ਸਰ ਇਸ ਟਾਈਮ। ਹਰ ਤਰ੍ਹਾਂ ਦਾ ਮਤਲਬ ਪ੍ਰੋਡਕਟ ਆਪਣੇ ਕੋਲ ਹੈਗਾ ਜਿੱਦਾਂ ਦਾ ਵੀ ਆਪਣਾ ਵਾਇਰ ਹੁੰਦਾ। ਬਿਲਕੁਲ ਸਰ ਬਿਲਕੁਲ, ਹਰ ਤਰ੍ਹਾਂ ਦੇ ਬਜਟ ਦੀ, ਹਰ ਤਰ੍ਹਾਂ ਦੇ ਮਤਲਬ 1 ਨੀ 2 ਨੀ 3 ਨੀ 4 ਨੀ 6 7 10 ਬ੍ਰਾਂਡ ਘੱਟੋ ਘੱਟ ਵਾਇਰ ਦੇ ਵਿੱਚ ਅਵੇਲੇਬਲ ਨੇ ਸਰ ਜੀ। ਹੋਰ ਇਸ ਤੋਂ ਇਲਾਵਾ ਕੀ ਪ੍ਰੋਡਕਟ ਨੇ ਜੀ? ਹੋਰ ਇਸ ਤੋਂ ਇਲਾਵਾ ਸਰ, ਜਿਸ ਤਰ੍ਹਾਂ ਅੱਜ ਕੱਲ੍ਹ ਡਾਊਨ ਸੀਲਿੰਗ ਦੇ ਵਿੱਚ ਲਾਈਟਸ ਚੱਲਦੀਆਂ ਨੇ, ਉਹਦੀ ਟੋਟਲ ਰੇਂਜ ਅਵੇਲੇਬਲ ਹੁੰਦੀ ਹੈ ਜੀ। ਇਹਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਪੈਨਲ ਚੱਲਦੇ ਆ, ਇਹਨਾਂ ਦੀ ਕੀ ਰੇਂਜ ਹੁੰਦੀ ਹੈ ਜੀ ਲਾਈਟ ਦੀ? ਜਿਸ ਤਰ੍ਹਾਂ ਸਰ ਇਹ 15 ਵਾਟ ਦਾ ਪੈਨਲ ਆ ਗਿਆ ਜੀ, ਇਸੇ ਤਰ੍ਹਾਂ ਆਪਾਂ ਇੱਕ ਓਰੀਐਂਟ ਦਾ ਪੈਨਲ ਵੇਚਦੇ ਹਾਂ ਸਰ, 12 ਵਾਟ ਦੇ ਵਿੱਚ ਆਉਂਦਾ ਜੀ, 10 ਵਾਟ ਦੇ ਵਿੱਚ ਆਉਂਦਾ। ਇਹ 300 ਦੀ ਰੇਂਜ 'ਚ ਪੈਨਲ ਨੇ ਸਰ, 2 ਸਾਲ ਦੀ ਗਰੰਟੀ ਹੈ, ਟੌਪ ਦੇ ਬ੍ਰਾਂਡ ਨੇ ਸਰ, ਓਰੀਐਂਟ ਨੰਬਰ 1 ਬ੍ਰਾਂਡ ਆ, CK ਬਿਰਲਾ ਗਰੁੱਪ ਪੁਰਾਣਾ ਬ੍ਰਾਂਡ ਹੈ ਸਰ। ਇਸੇ ਤਰ੍ਹਾਂ ਇਹਦੇ ਲਾਈਟ ਡਾਊਨ ਸੀਲਿੰਗ ਦੇ ਵਿੱਚ ਅਸੀਂ ਰਾਈਟੈਕ ਬ੍ਰਾਂਡ, ਮਤਲਬ ਹਰ ਕੁਆਲਿਟੀ ਜੋ ਰੱਖਦੇ ਹਾਂ ਸਰ, ਟੌਪ ਰੱਖਦੇ ਹਾਂ, COB ਲਾਈਟਸ ਆ ਗਈਆਂ, ਕੰਸੀਲਡ ਲਾਈਟਸ ਆ ਗਈਆਂ, COB ਡਾਊਨ ਸੀਲਿੰਗ 'ਚ ਸਰ ਇਹ ਲਾਈਟਸ ਲੱਗਦੀਆਂ, ਮੂਵਿੰਗ ਜਿਸ ਤਰ੍ਹਾਂ ਚੱਲ ਰਹੀਆਂ ਨੇਗੀਆਂ, ਹਰ ਤਰ੍ਹਾਂ ਦੀ ਵਰਾਇਟੀ ਸਰ ਕਸਟਮਰਸ ਨੂੰ ਮਤਲਬ ਜੋ ਉਹਨਾਂ ਦੀ ਕੋਠੀਆਂ ਦੀ ਰਿਕੁਆਇਰਮੈਂਟ ਆ ਉਹ ਪੂਰੀ ਹੁੰਦੀ ਹੈ ਸਰ ਆਪਣੇ ਕੋਲ ਆ ਕੇ। ਅਤੇ ਇੱਕ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਸਟਾਰਟਰ ਵਗੈਰਾ ਜੀ ਜਾਂ ਮੋਟਰਾਂ ਦੀਆਂ ਕੇਬਲਾਂ? ਹਾਂਜੀ ਬਿਲਕੁਲ ਸਰ, ਮੋਟਰ ਦੀਆਂ ਕੇਬਲਾਂ, ਜਿਵੇਂ ਹੁਣ ਆਪਣਾ ਪੰਜਾਬ ਜਿਵੇਂ ਟੋਟਲੀ ਆਪਣੇ ਕਿਸਾਨ ਵੀਰਾਂ 'ਤੇ ਡਿਪੈਂਡੈਂਟ ਸਟੇਟ ਹੈ ਜੀ। ਹਾਂਜੀ ਹਾਂਜੀ, ਇੱਥੇ ਮਤਲਬ ਕੀ ਹੁੰਦਾ ਜੀ, ਸਭ ਤੋਂ ਟੌਪ ਦਾ ਜਿਹੜਾ ਸਟਾਰਟਰ ਲੱਗਦਾ ਜੀ ਬੋਪਾ ਰਾਏ ਦਾ ਸਟਾਰਟਰ ਲੱਗਦਾ ਜੀ। ਬੋਪਾ ਰਾਏ ਸਟਾਰਟਰ ਦੀ ਸਰ ਆਪਣੇ ਕੋਲ 3-4 ਜ਼ਿਲ੍ਹਿਆਂ ਦੀ ਏਜੰਸੀ ਹੈ ਜੀ। ਇਹਦੇ ਵਿੱਚ ਜਿਸ ਤਰ੍ਹਾਂ ਖੇਤਾਂ ਵਾਲੇ ਸਟਾਰਟਰ ਨੇ ਜੀ, 1 HP ਤੋਂ ਲੈ ਕੇ 1.5, 2, 3, 4, 5, 5 HP, 10 HP, 15 HP, 20, 25 HP, 25, 30 HP, 30, 35 HP, 40, 50 HP, 60 HP ਤੱਕ ਸਾਰੇ ਸਟਾਰਟਰ 'ਤੇ ਉਹਨਾਂ ਦਾ ਸਾਰਾ ਟੋਟਲ ਸਪੇਅਰ ਪਾਰਟ ਅਵੇਲੇਬਲ ਹੁੰਦਾ ਸਰ। ਬੋਪਾ ਰਾਏ ਨੰਬਰ 1 ਬ੍ਰਾਂਡ ਹੈ ਸਰ ਹਿੰਦੁਸਤਾਨ ਦਾ ਸਟਾਰਟਰ ਬਣਾਉਣ। ਬਿਲਕੁਲ, ਉਹਦੀ 4 ਜ਼ਿਲ੍ਹਿਆਂ ਦੀ ਏਜੰਸੀ ਹੈ। ਇਸੇ ਤਰ੍ਹਾਂ ਸਰ ਸਮਰਸੀਬਲ ਤਾਰਾਂ ਆਪਣੇ ਕੋਲ ਟੋਟਲ ਹੁੰਦੀਆਂ ਨੇ ਜੀ, ਇਹ ਵੀ ਆਪਣੇ ਕੋਲ ਫੁੱਲ ਗੇਜ ਦੇ ਵਿੱਚ ਰਾਈਟੈਕ ਕੰਪਨੀ ਦੀ, ਇਸੇ ਕੰਪਨੀ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਜੀ, ਇਸੇ ਕੰਪਨੀ ਦੀ ਸਮਰਸੀਬਲ ਤਾਰਾਂ ਆਪਣੇ ਕੋਲ 1.5 mm, 2.5 mm, 4, 6, 10 mm, ਸਾਰੇ ਸਾਈਜ਼ ਅਵੇਲੇਬਲ ਹੁੰਦੇ। ਇੱਕ ਫਿਨੋਲੈਕਸ ਕੰਪਨੀ ਆਉਂਦੀ ਹੈ, ਉਹਦੀ ਵੀ ਸਮਰਸੀਬਲ ਤਾਰਾਂ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ ਸਰ। ਜਿਸ ਤਰ੍ਹਾਂ ਇਹ ਅੰਡਰ ਗੇਜ ਦੀਆਂ ਤਾਰਾਂ ਮਾਰਕੀਟ ਦੇ ਵਿੱਚ ਵਿਕਦੀਆਂ, ਅਸੀਂ ਸਰ ਇਕੱਲੀ ਫੁੱਲ ਗੇਜ ਤਾਰ ਵੇਚਦੇ ਹਾਂ ਜੀ। ਜੀ ਬਾਈ ਜੀ, ਜਿੰਨੇ ਵੀ ਵੀਡੀਓ ਨੂੰ ਦੇਖਣ ਵਾਲੇ ਆ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਓ, ਅਤੇ ਐਡਰੈਸ ਮੈਂ ਤੁਹਾਨੂੰ ਵੀਡੀਓ ਦੇ ਨੀਚੇ ਵੀ ਲਿਖ ਕੇ ਦਊਂਗਾ, ਅਤੇ ਨਾਲ ਨਾਲ ਤੁਹਾਨੂੰ ਇਹਨਾਂ ਦਾ ਨੰਬਰ ਵੀ ਦਊਂਗਾ, ਕੋਈ ਵੀ ਇਨਕੁਆਇਰੀ ਹੈ ਤੁਹਾਡੀ ਤੁਸੀਂ ਕਾਲ ਕਰ ਸਕਦੇ ਹੋ, ਅਤੇ ਬਾਕੀ ਹੋਰ ਪ੍ਰੋਡਕਟ ਵੀ ਦੇਖਦੇ ਹਾਂ ਆਪਾਂ।
ਇਹਨੂੰ ਤੁਸੀਂ ਆਪਣੇ ਕਿਚਨ 'ਚ ਲਗਾ ਸਕਦੇ ਹੋ, ਰੂਮ 'ਚ ਲਗਾ ਸਕਦੇ ਹੋ, ਪੂਜਾ ਰੂਮ 'ਚ ਲਗਾ ਸਕਦੇ ਹੋ। ਸੀਲਿੰਗ ਫੈਨ ਦੀ ਗੱਲ ਕਰਿਆ ਜਾਵੇ ਸਰ, ਆਪਣੇ ਕੋਲ ਓਰੀਐਂਟ ਦੇ ਸੀਲਿੰਗ ਫੈਨ ਅਵੇਲੇਬਲ ਨੇ ਸਰ। ਓਰੀਐਂਟ ਦਾ ਬਿਲਕੁਲ ਫਰੈਸ਼ ਡੇਟ ਦਾ ਮਾਲ ਹੋਊਗਾ ਸਰ, ਬਿਲਕੁਲ। ਇਹ ਵੀ ਆਪਾਂ ਨੂੰ ਥੋਕ ਦੇ ਵਿੱਚ ਮਿਲਣਗੇ ਰੇਟ? ਬਿਲਕੁਲ ਸਰ, ਸਿਰਫ 1300 ਰੁਪਏ ਦਾ ਫੈਨ ਸਰ ਓਰੀਐਂਟ ਦਾ ਅਸੀਂ ਸੇਲ ਕਰਦੇ ਹਾਂ ਜੀ ਕਸਟਮਰ ਨੂੰ, ਜਿਹਦਾ ਰੇਟ 2280 ਰੁਪਏ ਇਹਦੀ ਐਮ ਆਰ ਪੀ ਹੈ ਜੀ। ਨੋਰਮਲੀ 1700-1800 ਰੁਪਏ ਤੱਕ ਵਿਕਦਾ। ਓਰੀਐਂਟ ਪੁਰਾਣਾ ਬ੍ਰਾਂਡ ਹੈ ਸਰ, ਸੁਜਾਤਾ ਨੰਬਰ 1 ਕੁਆਲਿਟੀ ਚੱਲ ਰਹੀ ਹੈ ਸਰ, ਇਹ ਬੜੀ ਹਾਈ ਸਪੀਡ ਦੇ ਵਿੱਚ ਕਾਪਰ ਵਾਈਂਡਿੰਗ ਅਲਮੀਨੀਅਮ ਬਾਡੀ ਦੇ ਵਿੱਚ, ਇਹ ਸੁਜਾਤਾ ਬੜਾ ਫੇਮਸ ਬ੍ਰਾਂਡ ਹੈ ਸਰ। ਇਹ ਸਾਰੀ ਰੇਂਜ ਅਵੇਲੇਬਲ ਆਪਣੇ ਕੋਲ ਫੈਨਸ ਦੀ। ਜਿਸ ਤਰ੍ਹਾਂ ਗੱਲ ਕਰੀਏ ਹੈਵਲ ਕੰਪਨੀ ਦਾ ਇੱਕ ਰੀਓ ਮਾਡਲ ਆਉਂਦਾ ਸਰ, ਹੈਵਲ ਦਾ ਰੀਓ ਮਾਡਲ, ਇਹ ਵੀ ਮਿਲ ਜਾਂਦਾ, ਹੈਵਲ ਵੀ ਮਿਲ ਜਾਂਦਾ ਸਾਰੇ ਸਰ ਤਕਰੀਬਨ ਆਪਣੇ ਕੋਲ। ਇਹ ਵੀ ਸਿਰਫ ਅਤੇ ਸਿਰਫ ਕਸਟਮਰ ਨੂੰ ਅਸੀਂ 1350 ਰੁਪਏ ਜਾਂ 1400 ਰੁਪਏ ਤੱਕ ਦੇ ਦਿੰਦੇ ਹਾਂ ਸਰ ਫੈਨ। ਬਾਕੀ ਬਾਈ ਜੀ ਤੁਸੀਂ ਇੱਥੇ ਪਹੁੰਚੋ ਜ਼ਰੂਰ, ਜਿੰਨੇ ਵੀ ਵੀਡੀਓ ਨੂੰ ਦੇਖਣ ਵਾਲੇ ਆ, ਅਤੇ ਤਾਂ ਕਿ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨ ਲੱਗੇ ਹੋ, ਕੋਈ ਕੋਠੀ ਦਾ, ਜਾਂ ਖਾਸ ਕਰਕੇ ਜਿਹੜੇ ਮਿਸਤਰੀ ਆ, ਮਿਸਤਰੀਆਂ ਨੂੰ ਵੀ ਇੱਥੇ ਖਾਸ ਕਰਕੇ ਵਧੀਆ ਉਹਨਾਂ ਨੂੰ ਟ੍ਰੀਟ ਕੀਤਾ ਜਾਊਗਾ ਜੇ ਤੁਸੀਂ ਆਉਂਦੇ ਹੋ ਆਪਣਾ ਕੰਮ ਲੈ ਕੇ ਆਉਂਦੇ ਹੋ। ਤੁਹਾਨੂੰ ਵੀ ਜੇ ਤੁਸੀਂ ਅੱਗੇ ਜਾ ਕੇ ਕੋਈ ਫਿਟਿੰਗ ਕਰਦੇ ਹੋ ਸਮਾਨ ਇਹਨਾਂ ਤੋਂ ਲਿਜਾ ਕੇ ਜਿੱਥੇ ਵੀ ਜਾ ਕੇ ਤੁਸੀਂ ਇੰਸਰਟ ਕਰਦੇ ਹੋ, ਤਾਂ ਉਹਦੇ ਨਾਲ ਇਹ ਨਹੀਂ ਹੈਗਾ ਇੰਸਟਾਲ ਕਰਦੇ ਹੋ ਵੀ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਕੋਈ ਲਾਂਭਾ ਆਊਗਾ, ਜਾਂ ਕੋਈ ਮੈਂ ਪਹਿਲਾਂ ਗੱਲ ਕਰਕੇ ਹਟਾਈ ਪਿੰਡਾਂ 'ਚ ਬੁੜੀਆਂ ਗਾਲਾਂ ਕੱਢਦੀਆਂ ਨੇ ਵੀ ਸਾਡੀ ਸੁੱਚ ਖਰਾਬ ਹੋ ਗਈ, ਸਾਡਾ ਪੱਖਾ ਖਰਾਬ ਹੋ ਗਿਆ, ਇਹ ਹੋ ਗਿਆ, ਉਹ ਚੀਜ਼ਾਂ ਜੇ ਤੁਸੀਂ ਹੁਣੀ ਪਹਿਲਾਂ ਹੀ ਦੇਖ ਕੇ ਚੱਲੋਗੇ, ਜੇ ਆਪਾਂ ਨੂੰ ਪਤਾ ਆਪਾਂ ਨੂੰ 2 ਸਾਲ ਦੀ ਗਰੰਟੀ ਮਿਲ ਰਹੀ ਹੈ ਕਿਸੇ ਪ੍ਰੋਡਕਟ ਦੀ, ਆਪਾਂ ਉਹ ਚੱਕਾਂਗੇ, ਤਾਂ ਆਪਾਂ ਨੂੰ ਓਬੀਅਸਲੀ ਪਤਾ ਵੀ 2 ਸਾਲ ਤੱਕ ਤਾਂ ਜਿਹੜੀ ਕੋਈ ਵੀ ਕੰਪਨੀ ਆ ਉਹ ਜਿਹੜੀ ਜੇ ਗਰੰਟੀ ਦਿੱਤੀ ਹੈ ਤਾਂ 2 ਸਾਲ ਤੱਕ ਤਾਂ ਚੀਜ਼ ਕਿਤੇ ਨਹੀਂ ਜਾਂਦੀ ਹੈਗੀ। ਇਹ ਨਹੀਂ ਹੈਗਾ ਤੁਸੀਂ ਰੋਜ਼ ਹੀ ਮਿਸਤਰੀਆਂ ਨੂੰ ਲਈ ਫਿਰੋਗੇ, ਮਿਸਤਰੀ ਦੀ ਲੇਬਰ ਅਲੱਗ ਹੋਗੀ ਅਤੇ ਜਿਹੜੀ ਚੀਜ਼ ਦਾ ਖਰਚਾ ਆ ਗਿਆ ਬਦਲਾਉਣ ਦਾ ਉਹ ਅਲੱਗ ਹੋ ਗਿਆ। ਅਤੇ ਇੱਥੇ ਤੁਸੀਂ ਜ਼ਰੂਰ ਪਹੁੰਚੋ, ਤੁਹਾਡਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਊਗਾ, ਅਤੇ 100% ਫਾਇਦਾ ਹੋਊ ਸਰ, ਮੈਂ ਅਸ਼ੋਰੈਂਸ ਦਿੰਦਾ ਇਸ ਚੀਜ਼ ਦੀ। ਬਿਲਕੁਲ, ਜੋ ਵੀ ਕਸਟਮਰ ਆਊਗਾ ਜਿੰਨੇ ਰੁਪਏ ਉਹ ਲੈ ਕੇ ਦੇ ਕੇ ਜਾਊਗਾ ਸਾਨੂੰ, ਉਹਨੂੰ ਉਨੇ ਦਾ ਹੀ ਸਮਾਨ ਦਿੱਤਾ ਜਾਊਗਾ ਸਰ। ਔਰ ਬੜਾ ਸਾਡੇ ਰੇਟ ਵੀ ਸਰ ਹਮੇਸ਼ਾ ਫਿਕਸ ਰਹਿੰਦੇ ਨੇ, ਇਸ ਤਰ੍ਹਾਂ ਨਹੀਂ ਕਿਸੇ ਨੂੰ ਕੁਛ ਰੇਟ ਲਗਾਤਾ ਕਿਸੇ ਨੂੰ ਕੁਛ ਰੇਟ ਲਗਾਤਾ, ਫਿਕਸ ਰੇਟ ਸਿਸਟਮ ਹੈ ਜੀ। ਬੜੇ ਪੁਰਾਣੇ ਪੁਰਾਣੇ ਕਸਟਮਰ ਸਾਡੇ ਨਾਲ ਜੁੜੇ ਹੋਏ ਨੇ ਜੀ, ਔਰ ਬੜੇ ਮਤਲਬ ਅਸੀਂ ਕੁਆਲਿਟੀ ਦਾ ਵੀ ਧਿਆਨ ਰੱਖਦੇ ਹਾਂ, ਅਤੇ ਹਰ ਪਾਸਿਓਂ ਸਰ ਮਤਲਬ ਉਹਦਾ ਉਹਨਾਂ ਨੂੰ ਪੂਰਾ ਵਿਸ਼ਵਾਸ ਦਵਾਨਾ ਮੈਂ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਨਹੀਂ ਹੋਊਗਾ, ਸਾਫ਼ ਸੁਥਰਾ ਕੰਮ ਹੈ ਸਰ ਜੀ। ਨਾਲ ਨਾਲ ਕਈ ਹੋਰ ਚੀਜ਼ਾਂ ਵੀ ਫੈਂਸੀ ਵੀ ਚੀਜ਼ਾਂ ਅਸੀਂ ਜਿਹੜੀਆਂ ਹੈਗੀਆਂ ਐਡ ਕਰਨ ਲੱਗੇ ਹਾਂ, ਕਈ ਜਿਹੜੇ ਹੈਗੇ ਆ ਸਾਡੇ ਦੇਖਣ ਵਾਲੇ ਵੀਅਰ ਉਹਨਾਂ ਨੂੰ ਪਸੰਦ ਹੁੰਦੀਆਂ ਨੇ, ਮਤਲਬ ਬੰਦਾ ਕਹਿੰਦਾ ਜੀ ਵਧੀਆ ਚੀਜ਼ ਹੋਵੇ, ਕੁਆਲਿਟੀ ਦੀ ਹੋਵੇ, ਅਤੇ ਨਾਲ ਨਾਲ ਵਧੀਆ ਪੈਸੇ ਲਾਉਣ ਵਾਲੇ ਹੁੰਦੇ ਆ, ਉਹਨਾਂ ਦੇ ਲਈ ਵੀ ਕਈ ਚੀਜ਼ਾਂ ਹੈਗੀਆਂ ਨੇ ਇੱਥੇ। ਜਿਸ ਤਰ੍ਹਾਂ ਸਰ ਆਪਣੇ ਕੋਲ ਲਾਈਟਿੰਗ ਵਾਲੇ ਫੈਨਸ ਅਤੇ BLDC ਫੈਨਸ ਹੋ ਜਾਂਦੇ ਨੇ ਲਾਈਟਸ ਵਾਲੇ, ਅਤੇ ਆ ਸਾਈਲੈਂਟ ਫੈਨ, ਹੈਵਲ, ਓਰੀਐਂਟ ਸਰ, ਮਤਲਬ ਸਾਰੇ ਬ੍ਰਾਂਡਡ ਪ੍ਰੋਡਕਟ। ਇਹਨਾਂ ਦਾ ਪ੍ਰਾਈਸ ਕੀ ਆ ਜਾਂਦਾ ਜੀ ਸਰ? ਇਹ ਵੀ ਜਿਸ ਤਰ੍ਹਾਂ ਨੋਰਮਲੀ ਲਾਈਟਸ ਵਾਲੇ ਫੈਨ ਨੇਗੇ, ਹੋਰ ਹਰ ਰੇਂਜ ਦੇ ਵਿੱਚ ਆ ਸਰ ਇਹ, ਸਟਾਰਟਿੰਗ ਜਿਸ ਤਰ੍ਹਾਂ ਲਾਈਟ ਵਾਲੇ ਫੈਨ ਦੀ, ਬ੍ਰਾਂਡਡ ਫੈਨ ਦੀ 6-7 ਹਜ਼ਾਰ ਤੋਂ ਸਟਾਰਟ ਹੋ ਜਾਂਦੀ ਹੈ ਸਰ। ਬਾਕੀ ਇਸ ਤੋਂ ਇਲਾਵਾ ਸਰ ਜਿਹੜਾ ਅੱਜ ਕੱਲ੍ਹ ਫੈਂਸੀ ਫੈਨ ਹੈਵਲ ਦੇ ਚੱਲ ਰਹੇ ਨੇਗੇ, ਇਹ ਵੀ ਸਾਰੇ ਮਾਡਲਸ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਸਰ, ਜਿਵੇਂ ਆਹ ਸਾਰੇ ਹੈਵਲਸ ਦੇ ਮਾਡਲ ਹੈ, ਇਹ ਸਾਰੇ ਅਵੇਲੇਬਲ ਹੈ। ਉੱਧਰ ਓਰੀਐਂਟ ਦੇ ਮਾਡਲ ਲੱਗੇ ਹੋਏ ਆ ਸਰ, ਸਾਰੇ ਮਾਡਲ ਅਵੇਲੇਬਲ ਹੈ, ਹਰ ਚੀਜ਼ ਮਤਲਬ ਫੁੱਲ ਕੁਆਂਟਿਟੀ ਦੇ ਵਿੱਚ ਮਿਲੂ ਸਰ। ਰੇਟ ਵੀ ਅਤੇ ਕੁਆਲਿਟੀ ਵੀ, ਕੁਆਲਿਟੀ ਪਲੱਸ ਰੇਟ ਸਰ, ਸਾਰਿਆਂ ਨਾਲੋਂ ਵੱਡੀ ਜ਼ਰੂਰੀ ਚੀਜ਼ ਇਹੀ ਹੈ ਸਰ ਬਿਜ਼ਨਸ ਦੇ ਵਿੱਚ। ਰਾਈਟੈਕ ਵਾਇਰ ਸਰ ਸਾਰੀ ਅਵੇਲੇਬਲ ਹੈ ਜੀ, ਮਤਲਬ ਹਰ ਚੀਜ਼ ਦਾ ਸਰ ਫੁੱਲ ਸਟਾਕ ਮਿਲੂ, ਇਸ ਤਰ੍ਹਾਂ ਨਹੀਂ ਹੈ ਜੀ ਕੋਈ ਮੌਕੇ 'ਤੇ ਕਸਟਮਰ ਆ ਗਿਆ ਜੀ ਮਾਲ ਇੱਧਰ ਉੱਧਰ ਲੈਣ ਜਾ ਰਿਹਾ, ਜੋ ਚੀਜ਼ਾਂ ਮੈਂ ਕਹੀਆਂ ਨੇ ਜਿਸ ਤਰ੍ਹਾਂ ਸਟਾਕ ਤੁਸੀਂ ਆਪ ਦੇਖ ਸਕਦੇ ਹੋ, ਸਾਰਾ ਸਟਾਕ ਅਵੇਲੇਬਲ ਹੁੰਦਾ ਸਰ। ਲਓ ਵੀ ਜੇ ਤੁਹਾਡਾ ਬਰਨਾਲੇ ਗੇੜਾ ਲੱਗਦਾ ਜਾਂ ਸਪੈਸ਼ਲ, ਇੱਕ ਵਾਰੀ ਗੇੜਾ ਜ਼ਰੂਰ ਮਾਰਿਓ। ਜਿਹੜੀ ਵੀ ਗੱਲ ਤੁਹਾਨੂੰ ਵੀਡੀਓ ਦੇ ਵਿੱਚ ਕਰੀ ਵੀ ਆ ਉਹਦੇ ਤੋਂ 1% ਵੀ ਬਾਹਰ ਨਹੀਂ ਹੋਊਗੀ, ਉਹੀ ਚੀਜ਼ ਉਹੀ ਕੁਆਲਿਟੀ ਤੁਹਾਨੂੰ ਮਿਲੂਗੀ ਜਿਹੜੀ ਵੀਡੀਓ ਦੇ ਵਿੱਚ ਦੱਸੀ ਗਈ ਆ। ਅਤੇ ਖਾਸ ਕਰਕੇ ਜਿਹੜੇ ਮਿਸਤਰੀ ਆ ਉਹ ਵੀ ਇੱਕ ਵਾਰੀ ਜ਼ਰੂਰ ਪਹੁੰਚੋ, ਦੁਕਾਨਦਾਰ ਜਿਹੜੇ ਵੀ ਹੈਗੇ ਨੇ ਜਾਂ ਜਿਹੜੇ ਰੀਸੇਲ ਕਰਦੇ ਉਹ ਵੀ ਜ਼ਰੂਰ ਪਹੁੰਚਿਓ। ਅਤੇ ਸਰ ਦੁਕਾਨਦਾਰ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੂੰਗਾ ਸਰ, ਕਈ ਦੁਕਾਨਦਾਰ ਵਿਚਾਰੇ ਕੀ ਹੁੰਦਾ ਕਿ ਨਹੀਂ ਦੇਖੋ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਹਦਾ ਇੱਥੇ ਵੀਡੀਓ ਪਾਉਣ ਦਾ ਮਤਲਬ ਇਹੀ ਹੈ ਕਿ ਜੋ ਕੁਛ ਦੁਕਾਨਦਾਰ ਆਪਣੇ ਨੇੜੇ ਤੇੜੇ ਸਮਾਨ ਲੈ ਕੇ ਵੇਚ ਰਹੇ ਨੇ, ਮਹਿੰਗਾ ਲੈ ਰਹੇ ਨੇ, ਮਹਿੰਗਾ ਵੇਚ ਰਹੇ ਨੇ, ਉਹ ਵੀ ਜੇ ਡਾਇਰੈਕਟ ਆਉਣ ਮੇਰੇ ਕੋਲ ਤਾਂ ਉਹਨਾਂ ਨੂੰ ਵੀ ਇੰਨੇ ਰੀਜ਼ਨੇਬਲ ਰੇਟ ਮਿਲਣਗੇ, ਅਤੇ ਤਾਂ ਕਿ ਉਹਨਾਂ ਦਾ ਵੀ ਮਤਲਬ ਸਰ ਉਹ ਆਪਣੇ ਕਸਟਮਰਸ ਨੂੰ ਬਹੁਤ ਸਹੀ ਰੇਟ 'ਤੇ ਮਾਲ ਦੇਣ, ਉਹਨਾਂ ਦੀ ਵੀ ਸੇਲਸ ਵਧਣਗੇ। ਮੈਂ ਤੁਹਾਡੇ ਚੈਨਲ ਰਾਹੀਂ ਸਪੈਸ਼ਲੀ ਕਹਿਣਾ ਚਾਹੂੰਗਾ ਦੁਕਾਨਦਾਰਾਂ ਨੂੰ ਪਿੰਡਾਂ ਵਿੱਚੋਂ, ਕਸਬਿਆਂ ਵਿੱਚੋਂ, ਸ਼ਹਿਰਾਂ ਵਿੱਚੋਂ ਕਿ ਤੁਸੀਂ ਆਓ ਸਾਡੇ ਨਾਲ ਡਾਇਰੈਕਟ ਗੱਲ ਕਰੋ, ਸਾਨੂੰ ਬੜੇ ਰੀਜ਼ਨੇਬਲ ਅਤੇ ਬਹੁਤ ਵਧੀਆ ਸਟ੍ਰੈਟੇਜੀ ਨਾਲ ਬਹੁਤ ਵਧੀਆ ਮਾਲ ਦਿੱਤਾ ਜਾਊਗਾ, ਤਾਂ ਕਿ ਤੁਸੀਂ ਵੀ ਆਪਣੇ ਕਸਟਮਰਸ ਨੂੰ ਇੱਕ ਰੀਜ਼ਨੇਬਲ ਰੇਟ ਤੱਕ ਮਾਲ ਪਹੁੰਚਾ ਸਕੋ। ਇੱਕ ਬਾਈ ਜੀ ਜਿਹੜਾ ਹੈਗਾ ਅੱਜ ਕੱਲ੍ਹ ਗਰਮੀ ਜ਼ਿਆਦਾ ਆਉਣ ਵਾਲੀ, ਅੱਗੇ ਸਮੇਂ ਦੇ ਵਿੱਚ ਤਾਂ ਪੱਖਿਆਂ ਦੀ ਲੋੜ ਬਹੁਤ ਜ਼ਿਆਦਾ ਪੈਣੀ ਆ ਮਾਰਕੀਟ ਦੇ ਵਿੱਚ, ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਹੈਗਾ ਦਾਤੀ ਫਰੇ ਪੱਖੇ, ਕੂਲਰ ਫਰੇ ਪੱਖੇ, ਤੁਹਾਨੂੰ ਹੋਰ ਬਹੁਤ ਜ਼ਿਆਦਾ ਕੁਆਲਿਟੀਆਂ ਦੇ ਵਿੱਚ ਜਿਵੇਂ ਕਈ ਹੋਰ ਕੰਪਨੀਆਂ ਦੇ ਵਿੱਚ ਆਉਂਦੇ ਨੇ, ਪਰ ਹਿੰਦ ਦਾ ਪੱਖਾ ਬਹੁਤ ਜ਼ਿਆਦਾ ਮਸ਼ਹੂਰ।
ਤੇ ਜੇ ਕੋਈ ਆਪਣੇ ਵਾਲਸ ਦੇ ਵਿੱਚ ਆਪਣੇ ਪਸ਼ੂਆਂ ਪੰਛੀਆਂ ਵਾਸਤੇ ਪੱਖੇ ਲਗਾਉਣਾ ਚਾਹੁੰਦਾ ਹੈ ਓਰੀਜਨਲ ਹਿੰਦ ਦੇ ਆਪਣੇ ਕੋਲ ਸਾਰੇ ਸਾਈਜ਼ ਅਵੇਲੇਬਲ ਹੁੰਦੇ ਨੇ ਸਰ ਇਸ ਤਰ੍ਹਾਂ ਗੱਲ ਕਰੀਏ ਸਰ ਆਹ ਬੋਪਾ ਰਾਏ ਦੇ ਖੇਤਾਂ ਵਾਲੇ ਸਟਾਰਟਰ ਇਹ ਵੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਵੀ ਆਪਣੇ ਕੋਲ ਸਾਰੀ ਟੋਟਲ ਰੇਂਜ ਹੋਲਸੇਲ ਰੇਟਾਂ 'ਤੇ ਮਿਲੂ ਸਰ ਇੱਕ ਬਾਈ ਜੀ ਤੁਸੀਂ ਜਿਵੇਂ ਹੁਣ ਗਰਮੀਆਂ ਦਾ ਸਮਾਂ ਹੈਗਾ ਲੋਕ ਜੂਸ ਦੇ ਬੜੇ ਜ਼ਿਆਦਾ ਸ਼ੌਕੀਨ ਹੁੰਦੇ ਅਗਲਾ ਕਹਿੰਦਾ ਚਾਹ ਦਾ ਛੱਡੋ ਖੜਾ ਹੁਣ ਜੂਸ ਪੀਏ ਅਤੇ ਜੂਸ ਦੇ ਵਾਸਤੇ ਸੁਜਾਤਾ ਦਾ ਜੂਸਰ ਜਿਹੜਾ ਹੈਗਾ ਤੁਹਾਨੂੰ ਹਰ ਜਗ੍ਹਾ ਤੁਸੀਂ ਦੇਖਿਆ ਹੁਣ ਆਮ ਘਰਾਂ ਦੇ ਵਿੱਚ ਸੁਜਾਤਾ ਦੇ ਹੁੰਦੇ ਆ ਅਤੇ ਪਰ ਹੁਣ ਕਈ ਜਾਰੇ ਹੋਰ ਬ੍ਰਾਂਡ ਕਈ ਆ ਗਏ ਨੇ ਜਿਨ੍ਹਾਂ ਨੂੰ ਲੋਕ ਚਲੋ ਲਾਏ ਆਉਂਦੇ ਆ ਸਸਤੇ 'ਤੇ ਮਾਰੇ ਜਾਂ ਕੁਛ ਹੋਰ ਅਤੇ ਪਰ ਸੁਜਾਤਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਪੁਰਾਣੀਆਂ ਨੇ ਕੰਪਨੀਆਂ ਨੇ ਜਿਹੜੇ ਬ੍ਰਾਂਡ ਨੇ ਬਿਲਕੁਲ ਸਰ ਸੁਜਾਤਾ ਦੀ ਵੀ ਜੂਸਰਾਂ ਦੀ ਏਜੰਸੀ ਪੱਖਿਆਂ ਦੀ ਏਜੰਸੀ ਆਪਣੇ ਕੋਲ ਹੀ ਹੈ ਇਹ ਵੀ ਉਹਨਾਂ ਨੂੰ ਜੋ ਰੇਟ ਆਪਾਂ ਦੁਕਾਨਦਾਰ ਨੂੰ ਦਿੰਦੇ ਉਹੀ ਰੇਟ ਕਸਟਮਰਸ ਨੂੰ ਦਿੱਤਾ ਜਾਊਗਾ ਕੋਈ ਐਸੀ ਗੱਲ ਨਹੀਂ ਆਪਾਂ ਸਰ ਹਰ ਮੈਂ ਤੁਹਾਨੂੰ ਕੋਈ ਵਾਰ ਵਾਰ ਆ ਰਹੀ ਹੈ ਵੀ ਜਿਸ ਤਰ੍ਹਾਂ ਸਟਾਰਟਰ ਦੀ ਗੱਲ ਕੀਤੀ ਪੱਖੇ ਦੀ ਗੱਲ ਕੀਤੀ ਪੱਖੇ ਦੀ ਗੱਲ ਕੀਤੀ ਜੂਸਰ ਦੀ ਗੱਲ ਕੀਤੀ ਜੋ ਲਾਸਟ ਕੁਆਲਿਟੀਆਂ ਤਕਰੀਬਨ ਸਰ ਉਹ ਰੱਖਦੇ ਆ ਤਾਂ ਜਿਹੜਾ ਕੁਝ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਤੁਹਾਨੂੰ ਉਹੀ ਮਿਲੂਗਾ ਅਤੇ ਜੇ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਲੈਣਾ ਚਾਹੁੰਦੇ ਹੋ ਤਾਂ ਬੱਲਬ ਵਗੈਰਾ ਵੀ ਸਰ ਸਾਰੇ ਜਿਸ ਤਰ੍ਹਾਂ ਓਰੀਐਂਟ ਦੇ ਬ੍ਰਾਂਡਡ ਬੱਲਬ ਵੀ ਦਿੱਤੇ ਜਾਂਦੇ ਇਸ ਤਰ੍ਹਾਂ ਨਹੀਂ ਵੀ ਇਹਨਾਂ ਵਿੱਚ ਨੋਨ ਬ੍ਰਾਂਡਡ ਚੀਜ਼ਾਂ ਆਉਂਦੀਆਂ ਨੇ ਸਭ ਤਕਰੀਬਨ ਬ੍ਰਾਂਡਡ ਸਮਾਨ ਹੀ ਰੱਖਿਆ ਜਾਂਦਾ ਸਰ ਜਿੰਨੀ ਵੀ ਇਲੈਕਟ੍ਰਿਕ ਅਸੈਸਰੀ ਹੈਗੀ ਘਰਾਂ ਦੇ ਵਿੱਚ ਵਰਤੀ ਜਾਂਦੀ ਉਹ ਤੁਹਾਨੂੰ ਇੱਥੇ ਆ ਕੇ ਮਿਲੂਗੀ ਅਤੇ ਇੱਕ ਵਾਰ ਪਹੁੰਚਿਓ ਜ਼ਰੂਰ ਬਾਕੀ ਇਹਨਾਂ ਦਾ ਨੰਬਰ ਵੀ ਦੇਵਾਂਗੇ ਕਾਲ ਕਰ ਲਿਓ ਜੇ ਕਿਸੇ ਨੇ ਕੁਛ ਬਾਕੀ ਸਰ ਸਾਡਾ ਇੰਸਟਾਗ੍ਰਾਮ 'ਤੇ ਪੇਜ ਵੀ ਬਣਿਆ ਹੋਇਆ ਜੀ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਕਰਕੇ ਜੀ ਕਸਟਮਰ ਉੱਥੇ ਵੀ ਦੇਖ ਸਕਦੇ ਨੇ ਜੀ ਉੱਥੇ ਵੀ ਸਾਡੀ ਲੋਕੇਸ਼ਨ ਵੀ ਆ ਜਾਂਦੀ ਹੈ ਅਤੇ ਆਹ ਪੇਜ ਹੈ ਜੀ ਸਰ ਸਾਡਾ ਆਹ ਪੇਜ ਹੈ ਸਰ ਦਿੱਲੀ ਇਲੈਕਟ੍ਰਿਕ ਸਾਡੇ 4426 ਫੋਲੋਅਰ ਨੇ ਜੀ ਅਤੇ ਇਹਦੇ 'ਚ ਸਾਡਾ ਸਾਰਾ ਐਡਰੈਸ ਸਾਡੇ ਪ੍ਰੋਡਕਟ ਦੀ ਅਪਡੇਟ ਕਰਦੇ ਰਹਿੰਦੇ ਹਾਂ ਜੀ ਇਹਨਾਂ ਨੂੰ ਵੀ ਜ਼ਰੂਰ ਲਾਈਕ ਕਰਿਓ ਪੇਜ ਨੂੰ ਇੰਸਟਾਗ੍ਰਾਮ ਪੇਜ ਹੈ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਨਾਮ 'ਤੇ ਸਰ 5000 ਜੀ ਅਤੇ ਬਾਕੀ ਤੁਹਾਨੂੰ ਅਸੀਂ ਸਾਰਾ ਟੂਰ ਕਰਾਇਆ ਅਤੇ ਇਹਨਾਂ ਦਾ ਦੱਸਿਆ ਵੀ ਕੀ ਜਿਹੜੇ ਹੈਗੇ ਇਹਨਾਂ ਕੋਲ ਪ੍ਰੋਡਕਟ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਵੇਂ ਕਿ ਪਹਿਲਾਂ ਬਾਈ ਜੀ ਉਹਨਾਂ ਨੇ ਵੀਡੀਓ ਦੇ ਵਿੱਚ ਬੋਲਿਆ ਵੀ ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ ਜਿਹੜਾ ਹੈਗਾ ਏਅਰਫੋਨ ਦਿੱਤੇ ਜਾਣਗੇ ਬਲੂਟੁੱਥ ਵਾਲੇ ਅਤੇ ਉਹ ਜਿਹੜੇ ਵੀ ਮੈਂ ਨਾਮ ਇਹਨਾਂ ਨੂੰ ਪ੍ਰੋਵਾਈਡ ਕਰੂੰਗਾ ਉਹਨਾਂ ਤੱਕ ਪਹੁੰਚਦੇ ਕਰ ਦਿੱਤੇ ਜਾਣਗੇ ਬਿਲਕੁਲ ਸਰ ਅਤੇ ਬਾਕੀ ਵੀਡੀਓ ਨੂੰ ਕਮੈਂਟ ਕਰਕੇ ਵੀ ਦੱਸਿਓ ਜਿਹੜੇ ਅਸੀਂ ਪ੍ਰੋਡਕਟ ਦਿਖਾਏ ਨੇ ਉਹ ਕਿਵੇਂ ਦੇ ਲੱਗੇ ਆ ਅਤੇ ਆਪਣੇ ਸੱਜਣ ਮਿੱਤਰ ਦੋਸਤਾਂ ਨੂੰ ਵਟਸਐਪ ਰਾਹੀਂ ਭੇਜਿਓ ਤਾਂ ਕਿ ਉਹਨਾਂ ਦਾ ਵੀ ਕੋਈ ਫਾਇਦਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਥੈਂਕ ਯੂ ਸਰ